ਹੈਪੀ ਰਾਏਕੋਟੀ ਇੱਕ ਅਜਿਹਾ ਸੌਂਗ ਰਾਈਟਰ ਅਤੇ ਸਿੰਗਰ ਜਿਸ ਦੇ ਗਾਇਕੀ ਅਤੇ ਜਿਸ ਦੀ ਲਿਖਤ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੀ ਹੈ ਅਤੇ ਜਿਸ ਦੇ ਐਕਟਿੰਗ ਦੇ ਜੌਹਰ ਸਾਨੂੰ ਵੇਖਣ ਨੂੰ ਮਿਲੇ ਸਨ ਫਿਲਮ ਟੇਸ਼ਨ ਦੇ ਵਿੱਚ। ਹੁਣ ਲੈ ਕੇ ਆ ਰਿਹਾ ਆਪਣਾ ਨਵਾਂ ਟਰੈਕ ਬਾਈਹੁੱਡ। ਹੈਪੀ ਰਾਏਕੋਟੀ ਨੇ ਆਪਣੇ ਇਸ ਨਵੇਂ ਆਉਣ ਵਾਲੇ ਗਾਣੇ ਦੀ ਇਨਫੋਰਮੇਸ਼ਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਸ ਗਾਣੇ ਦੇ ਪੋਸਟਰ ਨੂੰ ਸ਼ੇਅਰ ਕਰਕੇ ਦਿੱਤੀ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਹੈਪੀ ਰਾਏਕੋਟੀ ਲਿਖਦੇ ਹੈ, ਲਓ ਜੀ ਫਾਈਨਲੀ ਪੋਸਟਰ ਆ ਗਿਆ ਬਾਈਹੁੱਡ ਦਾ। ਸੌਰੀ ਵੇਟ ਕਰਾਉਣ ਲਈ, ਪਰ ਕੁਛ ਵਧੀਆ ਅਤੇ ਕੁਛ ਅਲੱਗ ਬਣਾਉਣ ਦੀ ਟਰਾਈ ਕੀਤੀ ਆ। ਆਪਣੇ ਹੁਣ ਤੱਕ ਦੇ ਸਾਰੇ ਗਾਣਿਆਂ ਨਾਲੋਂ ਡਿਫਰੈਂਟ ਆ ਅਤੇ ਵਧੀਆ, ਮਤਲਬ ਕੋਈ ਫੋਕੀਆਂ ਗੱਲਾਂ ਨਹੀਂ। ਬਾਕੀ ਗਾਣੇ ਦੀ ਡੇਟ ਜਲਦੀ ਪਾਉਂਦੇ ਹਾਂ ਜਦ ਤੱਕ ਪੋਸਟਰ ਸ਼ੇਅਰ ਕਰ ਦਿਓ ਸਾਰੇ। ਲਵ ਯੂ। ਦੱਸਦੀਏ ਤੁਹਾਨੂੰ ਕਿ ਇਸ ਗਾਣੇ ਨੂੰ ਲਿਖਿਆ ਅਤੇ ਗਾਇਆ ਹੈਪੀ ਰਾਏਕੋਟੀ ਨੇ। ਇਸ ਗਾਣੇ ਦਾ ਮਿਊਜ਼ਿਕ ਕੀਤਾ ਇਕਵਿੰਦਰ ਸਿੰਘ ਅਤੇ ਸਪਿਨ ਸਿੰਘ ਨੇ ਅਤੇ ਇਸ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕਰ ਰਹੇ ਨੇ ਗੁਰਪ੍ਰੀਤ ਬਾਵਾ। ਹਾਲਾਂਕਿ ਹੈਪੀ ਰਾਏਕੋਟੀ ਨੇ ਆਪਣੇ ਇਸ ਨਵੇਂ ਆਉਣ ਵਾਲੇ ਗਾਣੇ ਦੀ ਕੋਈ ਰਿਲੀਜ਼ ਡੇਟ ਤਾਂ ਰਿਵੀਲ ਨਹੀਂ ਕੀਤੀ ਹੈ, ਪਰ ਤੁਹਾਨੂੰ ਕਿੰਨੀ ਕੁ ਉਡੀਕ ਹੈ ਹੈਪੀ ਰਾਏਕੋਟੀ ਦੇ ਇਸ ਨਵੇਂ ਆਉਣ ਵਾਲੇ ਗਾਣੇ ਬਾਈਹੁੱਡ ਦੀ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਅਤੇ ਨਵੇਂ ਅਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ।